ਕਿਸੇ ਵੀ ਧਾਰਮਿਕ ਸਮਾਗਮ, ਖੇਡ ਮੇਲੇ ਤੇ ਸੱਭਿਆਚਾਰਕ ਮੇਲਿਆਂ ਦੀ ਕਵਰੇਜ ਲਈ ਸੰਪਰਕ ਕਰੋ 98 150 23 68 98 150 23 68। ਬੀਤੇ ਦਿਨੀ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਦੇ ਪ੍ਰਸਿੱਧ ਪਿੰਡ ਰਘੂਆਣਾ ਵਿਖੇ 7ਵਾਂ ਕਬੱਡੀ ਕੱਪ ਕਰਵਾਇਆ ਗਿਆ। ਇਹ ਕਬੱਡੀ ਕੱਪ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰਮੰਦਰ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਕਰਵਾਇਆ ਗਿਆ। ਇਹ ਕਬੱਡੀ ਕੱਪ ਕਰਵਾਉਣ ਵਿੱਚ ਹਰਮੰਦਰ ਸਿੰਘ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਦਾ ਭਰਵਾਂ ਯੋਗਦਾਨ ਰਿਹਾ। ਇਸ ਕਬੱਡੀ ਕੱਪ ਕਰਵਾਉਣ ਵਿੱਚ ਜਨਨਾਇਕ ਸਪੋਰਟਸ ਕਲੱਬ ਰਘੂਆਣਾ ਦੀ ਵੀ ਸਮੁੱਚੀ ਟੀਮ ਨੇ ਆਪਣਾ ਭਰਵਾਂ ਯੋਗਦਾਨ ਪਾਇਆ। ਇੱਥੇ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਸਰਦਾਰ ਜਗਤਾਰ ਸਿੰਘ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਕਬੱਡੀ ਕੱਪ ਪਿਛਲੇ 7 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਸਰਦਾਰ ਜਗਤਾਰ ਸਿੰਘ ਅਤੇ ਹਰਮੰਦਰ ਸਿੰਘ ਮੈਮੋਰੀਅਲ ਟਰੱਸਟ ਦੇ ਸਮੁੱਚੇ ਅਹੁਦੇਦਾਰਾਂ ਦਾ ਇਹ ਮੰਨਣਾ ਹੈ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡਾਂ ਨਾਲ ਜੋੜਨਾ ਹੈ ਤਾਂ ਅਜਿਹੇ ਟੂਰਨਾਮੈਂਟ ਕਰਵਾਉਣੇ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ। ਇਸੇ ਮੌਕੇ ਤੇ ਕਬੱਡੀ ਕੱਪ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਖੁੱਲ੍ਹਾ ਅਖਾੜਾ ਵੀ ਲਗਾਇਆ ਗਿਆ। 3 ਦਿਨਾਂ ਚੱਲੇ ਇਸ ਕਬੱਡੀ ਟੂਰਨਾਮੈਂਟ ਵਿੱਚ ਪਹਿਲੇ 2 ਦਿਨ ਪਿੰਡ ਪੱਧਰ ਅਤੇ 75 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। 75 ਕਿਲੋ ਭਾਰ ਵਰਗ ਦਾ ਮੁਕਾਬਲਾ ਰਘੂਆਣਾ ਅਤੇ ਸਰਦੂਲੇ ਵਾਲਿਆਂ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ। ਦੋਵਾਂ ਹੀ ਟੀਮਾਂ ਦੇ ਖਿਡਾਰੀਆਂ ਨਾਲ ਹਰਮੰਦਰ ਸਿੰਘ ਮੈਮੋਰੀਅਲ ਟਰੱਸਟ ਅਤੇ ਜਨਨਾਇਕ ਸਪੋਰਟਸ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਅਤੇ ਜਗਤਾਰ ਸਿੰਘ ਨੇ ਜਾਣ ਪਹਿਚਾਣ ਕਰਕੇ ਇਸ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ। ਬਹੁਤ ਹੀ ਸੰਘਰਸ਼ਪੂਰਨ ਹੋਏ ਮੈਚ ਵਿੱਚ ਰਘੂਆਣਾ ਦੀ ਟੀਮ ਜੇਤੂ ਰਹੀ। ਇਸ ਟੂਰਨਾਮੈਂਟ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਖੇਡ ਪ੍ਰੇਮੀ ਪਹੁੰਚੇ। ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚੇ ਖੇਡ ਪ੍ਰੇਮੀਆਂ ਨੇ ਇਹਨਾਂ ਦਿਲਕਸ਼ ਹੋਏ ਮੁਕਾਬਲਿਆਂ ਦਾ ਭਰਪੂਰ ਆਨੰਦ ਮਾਣਿਆ। ਇੱਥੇ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਪੈਂਦੇ ਪਿੰਡ ਰਘੂਆਣਾ ਵਿਖੇ ਇਸ ਟੂਰਨਾਮੈਂਟ ਦਾ ਪੰਜਾਬ ਅਤੇ ਹਰਿਆਣੇ ਦੇ ਖੇਡ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚੇ ਹੋਏ ਖੇਡ ਪ੍ਰੇਮੀ ਇਸ ਕਬੱਡੀ ਕੱਪ ਦੀ ਸਫਲਤਾ ਦੀ ਗਵਾਹੀ ਭਰ ਰਹੇ ਸਨ।
ਇਸ ਖੇਡ ਮੇਲੇ ਵਿੱਚ ਭਰਪੂਰ ਸਿੰਘ ਗਦਰਾਣਾ, ਵਿਜੇ ਰਾਜਨ ਮੋਂਟੀ ਗੁੜਗਾਓਂ, ਜਗਦੇਵ ਸਿੰਘ ਗੁੜਗਾਓਂ, ਅਮੀਰ ਚੰਦ ਚਾਵਲਾ, ਕ੍ਰਿਸ਼ਨ ਗੂੰਬਰ, ਰਾਜਾ ਸੁਨਾਮ, ਨਛੱਤਰ ਸਿੰਘ ਮੈਦਾਨ, ਅਮਰਜੀਤ ਸਿੰਘ ਕੈਨੇਡਾ, ਏਸ਼ੀਆ ਦੇ ਗੋਲਡ ਮੈਡਲ ਜੇਤੂ ਬਾਬੂ ਸਿੰਘ ਰਿਟਾਇਰਡ DSP ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸੇ ਟੂਰਨਾਮੈਂਟ ਵਿੱਚ ਹਰਮਿੰਦਰ ਸਿੰਘ ਸਾਬਕਾ ਕਬੱਡੀ ਖਿਡਾਰੀ ਅਤੇ ਗੁਰਮਿੰਦਰ ਸਿੰਘ ਕਬੱਡੀ ਕੋਚ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਹਨਾਂ ਪਹੁੰਚੇ ਹੋਏ ਸਾਰੇ ਮੁੱਖ ਮਹਿਮਾਨਾਂ ਦਾ ਸਰਦਾਰ ਜਗਤਾਰ ਸਿੰਘ ਹਰਮਿੰਦਰ ਮੈਮੋਰੀਅਲ ਟਰੱਸਟ ਦੇ ਸਮੁੱਚੇ ਅਹੁਦੇਦਾਰਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਖੇਡ ਦੇ ਮੈਦਾਨ ਵਿੱਚ ਲਿਆਂਦਾ। ਇਸ ਖੇਡ ਮੇਲੇ ਵਿੱਚ ਪਵਨਦੀਪ ਸਿੰਘ ਯੋਲੀ ਦਾ ਵੀ ਭਰਵਾਂ ਯੋਗਦਾਨ ਰਿਹਾ ਅਤੇ ਇਸ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਪਵਨਦੀਪ ਸਿੰਘ ਯੋਲੀ ਨੇ ਚੇਅਰਮੈਨ ਜਗਤਾਰ ਸਿੰਘ ਦਾ ਭਰਵਾਂ ਸਹਿਯੋਗ ਦਿੱਤਾ। ਇਸ ਮੌਕੇ ਤੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਹਰਮਿੰਦਰ ਸਿੰਘ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਨੇ ਦੱਸਿਆ, ਅੱਜ ਹਰਮਿੰਦਰ ਸਿੰਘ ਮੈਮੋਰੀਅਲ 7ਵਾਂ ਕਬੱਡੀ ਕੱਪ ਦਾ ਲਾਸਟ ਦਿਨ ਦਾ ਸਾਡਾ ਸਮਾਰੋਹ ਹੋਣ ਜਾ ਰਿਹਾ। ਇਸ ਕਬੱਡੀ ਕੱਪ ਦੇ ਵਿੱਚ ਘੱਟੋ ਘੱਟ 200 ਟੀਮਾਂ 'ਚ ਭਾਗ ਲੈਣੀਆਂ, ਸੋ ਇਸ ਕੰਮ ਦੇ ਵਾਸਤੇ ਸਾਡਾ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਹੈ। ਸਾਡਾ ਪਿੰਡ ਬਹੁਤ ਪੁਰਾਣਾ ਖੇਡਾਂ ਦੇ ਨਾਲ ਜੁੜਿਆ ਹੋਇਆ। ਪਹਿਲਾਂ ਸਾਡੇ ਬਾਬੂ ਸਿੰਘ ਜੀ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੈ, ਏਸ਼ੀਆ ਦੇ ਵਿੱਚੋਂ ਗੋਲਡ ਮੈਡਲਿਸਟ ਅਥਲੀਟ ਦੇ ਹਨ, ਸੋ ਸਾਡਾ ਖੇਡਾਂ ਦੇ ਨਾਲ ਬਹੁਤ ਪੁਰਾਣਾ ਨਾਤਾ ਹੈ। ਅਸੀਂ ਪਿੰਡਾਂ ਦੇ ਵਿੱਚ ਪੁਰਾਣੀਆਂ ਖੇਡਾਂ ਨੂੰ ਬੜਾਵਾ ਦੇਣ ਵਾਸਤੇ ਇਹ ਉਪਰਾਲਾ ਕਰਦੇ ਹਾਂ। ਲਗਾਤਾਰ 7 ਸਾਲ ਹੋ ਗਏ ਸਾਡਾ ਬਹੁਤ ਵਧੀਆ ਇੱਥੇ ਖੇਡ ਮੇਲਾ ਕਰਵਾਇਆ ਜਾਂਦਾ, ਸੋ ਮਾਲਵੇ ਦੇ ਵਿੱਚ ਅਸੀਂ ਸੱਭਿਆਚਾਰ ਗਾਇਕੀ ਨੂੰ ਅੱਗੇ ਲਿਆਉਣ ਵਾਸਤੇ ਗੁਰਦਾਸ ਮਾਨ ਜੀ ਦਾ ਜਿਹੜਾ ਪ੍ਰੋਗਰਾਮ ਵੀ ਕਰਾਵਾਂਗੇ, ਅੱਜ ਗੁਰਦਾਸ ਮਾਨ ਨਾਈਟ ਹੋਊਗੀ ਸ਼ਾਮ ਨੂੰ, ਸੋ ਇਸ ਵਾਸਤੇ ਮੈਂ ਇਲਾਕਾ ਵਾਸੀਆਂ ਦਾ, ਪਿੰਡ ਵਾਸੀਆਂ ਦਾ ਇੱਥੇ ਪਹੁੰਚਣ 'ਤੇ ਸਾਡਾ ਸਹਿਯੋਗ ਦੇਣ 'ਤੇ ਤਹਿ ਦਿਲੋਂ ਧੰਨਵਾਦ ਕਰਦਾ ਜੀ। ਐਂ ਕਹਿੰਦਾ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਾਉਣ ਵਾਸਤੇ ਅਗਲੇ ਸਾਲਾਂ 'ਚ ਵੀ ਇਸ ਟੂਰਨਾਮੈਂਟ ਨੂੰ ਇਦੋਂ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਦੇ ਰਾਹ 'ਤੇ ਲਿਜਾ ਸਕੀਏ। ਸਾਡਾ ਮੁੱਖ ਮਕਸਦ ਇਹ ਹੈ ਜੀ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਖੇਡਾਂ ਦੇ ਵੱਲ ਉਤਸ਼ਾਹਿਤ ਹੋਵੇ ਅਤੇ ਨਸ਼ਿਆਂ ਤੋਂ ਬਚੇ। ਪਿੰਡ ਪੱਧਰ ਅਤੇ 75 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀਆਂ ਅਕੈਡਮੀਆਂ ਦੇ ਵਿਚਕਾਰ 6ਵੇਂ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ 10 ਪ੍ਰਸਿੱਧ ਕਬੱਡੀ ਅਕੈਡਮੀਆਂ ਦੇ ਖਿਡਾਰੀਆਂ ਨੇ ਭਾਗ ਲਿਆ। ਖਚਾ ਖਚ ਭਰੇ ਖੇਡ ਸਟੇਡੀਅਮ ਵਿੱਚ ਪੈਰਾਗਲਾਈਡਰ ਰਾਹੀਂ ਫੁੱਲਾਂ ਦੀ ਵਰਖਾ ਕਰਕੇ ਦਰਸ਼ਕਾਂ ਦਾ ਸਨਮਾਨ ਕੀਤਾ ਗਿਆ।
ਇੰਨੀ ਭਾਰੀ ਗਿਣਤੀ ਵਿੱਚ ਪਹੁੰਚੇ ਹੋਏ ਦਰਸ਼ਕਾਂ ਦੀ ਸੁਰੱਖਿਆ ਵਾਸਤੇ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ ਸਨ। ਇਹ ਮੈਚ ਬਹੁਤ ਹੀ ਵਧੀਆ ਰਿਹਾ। ਲੀਗ ਅਤੇ ਸੈਮੀ ਫਾਈਨਲ ਮੁਕਾਬਲਿਆਂ ਤੋਂ ਬਾਅਦ ਵਾਰੀ ਆਈ ਫਾਈਨਲ ਮੁਕਾਬਲੇ ਦੀ। ਫਾਈਨਲ ਮੁਕਾਬਲਾ ਸ਼ਿਕਾਰ ਮਾਛੀਆਂ ਅਤੇ ਘਨੌਰ ਦੀਆਂ ਟੀਮਾਂ ਵਿਚਕਾਰ ਹੋਇਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਗਤਾਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਜਾਣ ਪਹਿਚਾਣ ਕੀਤੀ ਅਤੇ ਇਸ ਫਾਈਨਲ ਮੁਕਾਬਲੇ ਦੀ ਸ਼ੁਰੂਆਤ ਕਰਵਾਈ। ਇਹ ਮੈਚ ਬਹੁਤ ਹੀ ਵਧੀਆ ਰਿਹਾ। ਬਹੁਤ ਹੀ ਸੰਘਰਸ਼ਪੂਰਨ ਹੋਏ ਮੈਚ ਵਿੱਚ ਸ਼ਿਕਾਰ ਮਾਛੀਆਂ ਦੀ ਟੀਮ ਜੇਤੂ ਰਹੀ। ਜੇਤੂ ਅਤੇ ਉਪਜੇਤੂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
इस टूर्नामेंट के दौरान प्रिंसीपल बलदेव सिंह ने स्टेज सकत्तर के फर्ज बहुत ही सुचजे ढंग नाल निभाए। सवेर तो लैके देर रात तक दर्शक इस टूर्नामेंट का आनंद मानण लई बारिश के दौरान भी बैठे रहे। इस टूर्नामेंट में पहुंचिया हुई सारिया प्रमुख शख्सियत इस टूर्नामेंट में अपना भरवा योगदान पाने वाली शख्सियतों हरिमंदर मेमोरियल ट्रस्ट के चेयरमैन जगतार सिंह जननायक स्पोर्ट्स क्लब रघुआणा के अहुदेदारों वालों सन्मान चिन्ह दे के सन्मानित किया गया। इस टूर्नामेंट अते सभ्याचारक मेले नूं सफलतापूर्वक नेपरे चाढ़न विच चेयरमैन जगतार सिंह, अवतार सिंह मदान, सुखमिंदर सिंह शहाद औडा, जयवीर सिंह मास्टर, सुरेंद्र कुमार नहरू, कालियावाली मंडी, सुखवीर सिंह बिक्की, बाबू सिंह सिद्धू, गुरलाल सिंह चट्ठा, गुरमीत सिंह सेखों, जीता सिंह झोरड़, जसवंत सिंह पटवारी, गुरजीत सिंह सिद्धू, बलकरण सिंह चट्ठा, साहब इंद्र सिंह राजपुरा अते समूह रघुआणा वासियां दा भरवां योगदान रहा। इस टूर्नामेंट की समाप्ति ते जगत प्रसिद्ध गायक गुरदास मान दा खुला खाड़ा लगाया गया। प्रसिद्ध गायक गुरदास मान ने धार्मिक गीत गा के स्टेज की शुरुआत की थी। धार्मिक समागम खेड मेले ते सभ्याचारक मेलियां दी कवरेज लई संपर्क करो 98150-23068 98150-23068। इस खुले अखाड़े विच हजारां दी तादाद विच पहुंचे दर्शकां ने इस खेड मेले अते सभ्याचारक मेले दी सफलता ते मोहर लाई। ਸਬਰ ਸੰਤੋਖ ਦੇ ਨਾਲ ਖਾਦਾ ਇੱਕ ਮਾਰ ਜੋ ਫਿਰ ਨੂੰ ਪਤਾਈ ਰੱਖਿਆ ਹੈ ਮਾਰ ਜੋ ਫਿਰ ਨੂੰ ਪਤਾਈ ਰੱਖੀ ਮਾਰ ਜੋ ਫਿਰ ਨੂੰ ਪਤਾਈ ਰੱਖੀ ਮਾਰ ਜੋ ਫਿਰ ਨੂੰ ਪਤਾਈ ਰੱਖੀ ਰੋਟੀ ਕੋਲ ਹੈ ਤਨ ਦੀ ਕੋਲ ਸੁਤਾ ਜੀਆ ਚੰਚਲ ਚੱਕਰ ਵਿੱਚ ਪਾਏ ਰੋਟੀ ਸਿੰਘ ਆਪ ਤੰਦੂਰ ਵਿੱਚ ਸਾੜ ਲੈਂਦੀ ਰੋਟੀ ਖਾਣ ਲੱਗਾ ਪੰਡਾ ਕਰੇ ਨਾ ਕਰੇ ਆ ਸਾਲ ਤੇ ਬਣਾ ਲੈ ਆ ਕੱਚੀ ਚੱਕੀ ਆਉਣੀ ਆ ਪਿਓ ਖਾਊਗਾ ਬਹਾਨਾ ਰੋਟੀ ਨਾ ਕੁੱਕੜੀ ਚਰਾਣੇ ਰੋਟੀ ਖਾਣ ਲੱਗਾ ਬੰਦਾ ਕਰੇ ਨਾ ਕਰੇ ਬੇਸ਼ਰੇ ਦੇ ਰਾਸ ਮਾਰੇ ਰੋਟੀ 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 ਸਤਾਈ ਪੁਰਖੀ ਨੂੰ ਚੱਕਰ ਲੈਂਦਾ ਬਾਈ ਪੁਰਖੀ ਨੂੰ ਚੱਕਰ ਲੈਂਦਾ ਕਿਸੇ ਵੀ ਧਾਰਮਿਕ ਸਮਾਗਮ ਖੇਡ ਮੇਲੇ ਤੇ ਸਭਿਆਚਾਰਕ ਮੇਲਿਆਂ ਦੀ ਕਵਰੇਜ ਲਈ ਸੰਪਰਕ ਕਰੋ 98150-23068 98150-23068।
ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਆਪਣੇ ਚਰਚਿਤ ਗੀਤ ਪੇਸ਼ ਕਰਕੇ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚੇ ਹੋਏ ਖੇਡ ਪ੍ਰੇਮੀਆਂ ਅਤੇ ਪਹੁੰਚੀਆਂ ਹੋਈਆਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਜਗਤਾਰ ਸਿੰਘ ਵੱਲੋਂ ਕਰਵਾਏ ਗਏ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡਾਂ ਨਾਲ ਜੋੜਨਾ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਅਜਿਹੇ ਉੱਦਮ ਕਰਵਾਉਣੇ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ। ਅਖੀਰ ਵਿੱਚ ਜਗਤਾਰ ਸਿੰਘ ਨੇ ਪਹੁੰਚੀਆਂ ਹੋਈਆਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ, ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦਾ ਇਸ ਟੂਰਨਾਮੈਂਟ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ। ਪਿੰਡ ਰੁਗੋਣਾ ਦੇ ਵਿੱਚ ਹਰਮਿੰਦਰ ਸਿੰਘ ਮੈਮੋਰੀਅਲ 7ਵੇਂ ਕਬੱਡੀ ਕੱਪ ਦਾ ਜਿਹੜਾ ਸਮਾਪਨ ਹੋਣ ਜਾ ਰਿਹਾ, ਸੋ ਇਸ ਮੌਕੇ 'ਤੇ ਸਾਡੇ ਮੁੱਖ ਮਹਿਮਾਨ ਅਮਰਜੀਤ ਸਿੰਘ ਜੀ ਕਨੇਡਾ, ਅਮੀਰ ਚੰਦ ਜੀ ਚਾਵਲਾ, ਕ੍ਰਿਸ਼ਨ ਚੰਦ ਜੀ ਗੁੰਬਰ, ਵਿਜੇ ਰਾਜਨ ਜੀ ਮੌਂਟੀ ਗੁੜਗਾਵਾਂ ਅਤੇ ਹੋਰ ਵੀ ਉਹਨਾਂ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚੋਂ ਬਾਹਰੋਂ ਜਿਹੜੇ ਸਾਡੇ ਵਿਸ਼ੇਸ਼ ਮਹਿਮਾਨ ਉਹਨਾਂ ਨਾਲ ਸੱਦੇ ਹੋਏ ਨੇ, ਉਹ ਸਾਡੇ ਕੋਲ ਅੱਜ ਪਹੁੰਚੇ ਨੇ। ਉਹਨਾਂ ਦਾ ਅਸੀਂ ਇੱਥੇ ਪਹੁੰਚਣ 'ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਇਹਨਾਂ ਨੇ ਸਾਡਾ ਬੜਾ ਖੁੱਲ੍ਹ ਕੇ ਸਾਥ ਦਿੱਤਾ। ਸਾਡੀ ਮਾਲੀ ਹਾਲਤ ਫਾਈਨੈਂਸ਼ਲੀ ਵੀ ਇਹਨਾਂ ਨੇ ਬਹੁਤ ਖੁੱਲ੍ਹੇ ਦਿਲ ਨਾਲ ਅਮਦਾਦ ਕਰੀ ਹੈ, ਸੋ ਅੱਗੇ ਤੋਂ ਵੀ ਅਸੀਂ ਇਹਨਾਂ ਤੋਂ ਇਹੀ ਉਮੀਦ ਕਰਾਂਗੇ ਕਿ ਆਉਣ ਵਾਲੇ ਟਾਈਮਾਂ ਦੇ ਵਿੱਚ ਵੀ ਸਾਡਾ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦੇਣ, ਤਾਂ ਕਿ ਸਾਡੇ ਪਿੰਡ ਦੇ ਵਿੱਚ ਇਹ ਟੂਰਨਾਮੈਂਟ ਅਗਲੇ ਸਾਲਾਂ ਨੂੰ ਵੀ ਇਦੋਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਕਿਸੇ ਵੀ ਧਾਰਮਿਕ ਸਮਾਗਮ, ਖੇਡ ਮੇਲੇ ਤੇ ਸੱਭਿਆਚਾਰਕ ਮੇਲਿਆਂ ਦੀ ਕਵਰੇਜ ਲਈ ਸੰਪਰਕ ਕਰੋ 98 150 23 068 98 150 23 068।